ਸਾਲ ਆ ਰਹੇ ਸਪੀਡ ਤੇ ਆ ਰਹੇ ਸੀਗੇ ਇੱਕ ਯਾਰ ਸਾਹਮਣੇ ਕੰਧ ਚ ਵੱਜਾ ਜਾ ਕੇ ਦੂਜਾ ਇੱਕ ਇੱਥੇ ਹੀ ਵੱਜਾ ਹੈ ਕਾਰ ਦੇ ਵਿੱਚ ਤੇ ਬਾਈਕ ਅੰਨੇ ਵਿਅਕਤੀ ਸਵਾਰ ਸੀ ਦੋ ਦੋ ਸੀਗੇ ਦੋਨੋਂ ਜਣੇ ਦੋ ਦੋ ਸੀ ਬਾਈਕ ਦੋ ਸਵਾਰ ਸੀ ਹਾਂਜੀ ਦੋ ਦੂਸਰੀ ਬਾਈਕ ਸੀ ਹਾਂਜੀ ਉਹਨਾਂ ਦੇ ਵੀ ਦੋ ਹਾਂਜੀ ਉਹ ਫਰਾਰ ਹੋ ਗਏ ਭਾਈ ਕਿਸੇ ਬੰਦੇ ਦੀ ਮੌਤ ਵੀ ਹੋਈ ਹੈ ਕਹਿੰਦੇ ਹਾਂਜੀ 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 ਮੈਨੂੰ ਲੱਗਦਾ ਭਾਈ ਜਿਹੜਾ ਕਾਰ ਦੇ ਵਿੱਚ ਵੱਜਾ ਉਹਦੀ ਡੈਥ ਹੋ ਗਈ ਚਲਾਉਂਦਾ ਹੁੰਦਾ ਸੀ ਬਹੁਤ ਸੀਰੀਅਸ ਜਿਹੜਾ ਕਾਰ ਚਲਾਉਂਦਾ ਪਿਆ ਜਾਂ ਬਾਈਕ ਚਲਾ ਰਿਹਾ ਸੀ ਬਾਈਕ ਵਾਲੇ ਦੀ ਮੌਤ ਹੋਈ ਹੈ ਕਿਹੜੇ ਹਸਪੀਟਲ ਵਿੱਚ ਭਾਈ ਭਰਤੀ ਹੋਇਆ ਹਸਪੀਟਲ ਭਰਤੀ ਗਏ ਠੀਕ ਹੈ ਭਾਈ ਸਰ ਕਾਰ ਵਾਲੇ ਕਿੰਨੇ ਬੰਦੇ ਵਿਸ਼ਵਾਸ ਸੀ ਕਿ ਕੋਈ ਜ਼ਖਮੀ ਨਹੀਂ ਹੋਇਆ ਦੋ ਜਣੇ ਸੀ ਜੀ ਉਹ ਤਾਂ ਹੀ ਨਹੀਂ 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 ਉਹ ਨਹੀਂ ਜ਼ਖਮੀ ਹੋਏ ਸਰ ਇਹ ਦੋਨੋਂ ਤੋਂ ਪਰਿਵਾਰ ਦੇ ਕਿਸੇ ਮੈਂਬਰ ਆਏ ਨਹੀਂ ਜੀ ਹਾਲੇ ਕੋਈ ਨਹੀਂ तीन बंदे कल की गड्डी चे सी दो मोटरसाइकिल ते जी तीन सीरियस है जी हॉस्पिटल लै गए एक बंदे दी मौत हो चुकी है सही है ਸਾਨੂੰ ਨਹੀਂ ਪਤਾ ਹੁਣ ਉੱਥੇ ਜਾਵਾਂਗੇ ਪਤਾ ਲੱਗੇਗਾ ਜੀ ਦੱਸਣ ਮੁਤਾਬਕ ਨਹੀਂ ਸਾਨੂੰ ਕਹਿੰਦੇ ਕਿ ਹਸਪੀਟਲ ਲੈ ਗਏ ਆ ਮੋਟਰਸਾਈਕਲ ਵਾਲੇ ਦੀ ਗਲਤੀ ਆ ਮੋਟਰਸਾਈਕਲ ਵਾਲੇ ਦੋਨੋਂ ਜਣੇ ਰੇਸਾ ਲਾ ਰਹੇ ਸਪੀਡ ਤੇ ਆ ਰਹੇ ਸੀਗੇ ਇੱਕ ਯਾਰ ਸਾਹਮਣੇ ਕੰਧ ਚ ਵੱਜਾ ਜਾ ਕੇ ਦੂਜਾ ਇੱਕ ਇੱਥੇ ਹੀ ਵੱਜਾ ਹੈ ਕਾਰ ਦੇ ਵਿੱਚ ਤੇ ਬਾਈਕ ਦੇ ਅੰਨੇ ਵਿਅਕਤੀ ਸਵਾਰ ਸੀ ਦੋ ਦੋ ਸੀਗੇ ਦੋਨੋਂ ਜਣੇ ਦੋ ਦੋ ਸੀ ਬਾਈਕ ਦੋ ਸਵਾਰ ਸੀ ਹਾਂਜੀ ਜੀ ਦੋ ਦੂਸਰੀ ਬਾਈਕ ਸੀ ਹਾਂਜੀ ਜੀ ਉਹਨਾਂ ਦੇ ਵੀ ਦੋ ਹਾਂਜੀ ਉਹ ਫਰਾਰ ਹੋ ਗਏ ਭਾਈ ਕਿਸੇ ਬੰਦੇ ਦੀ ਮੌਤ ਵੀ ਹੋਈ ਹੈ ਕਹਿੰਦੇ ਹਾਂਜੀ 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 ਮੈਨੂੰ ਲੱਗਦਾ ਭਾਈ ਜਿਹੜਾ ਕਾਰ ਦੇ ਵਿੱਚ ਵੱਜਾ ਉਹਦੀ ਡੈਥ ਹੋ ਗਈ ਚਲਾਉਂਦਾ ਹੁੰਦਾ ਸੀ ਬਹੁਤ ਸੀਰੀਅਸ ਜਿਹੜਾ ਕਾਰ ਚਲਾਉਂਦਾ ਪਿਆ ਜਾਂ ਬਾਈਕ ਚਲਾ ਰਿਹਾ ਸੀ ਬਾਈਕ ਵਾਲੇ ਦੀ ਮੌਤ ਹੋਈ ਹੈ ਕਿਹੜੇ ਹਸਪੀਟਲ ਵਿੱਚ ਭਾਈ ਭਰਤੀ ਹੋਇਆ ਹਸਪੀਟਲ ਭਰਤੀ ਗਏ ਠੀਕ ਹੈ ਭਾਈ ਸਰ ਕਾਰ ਵਾਲੇ ਕਿੰਨੇ ਬੰਦੇ ਵਿਸ਼ਵਾਸੀ ਕਿ ਕੋਈ ਜ਼ਖਮੀ ਨਹੀਂ ਹੋਇਆ ਦੋ ਜਣੇ ਸੀ ਜੀ ਉਹ ਤਾਂ ਹੀ ਨਹੀਂ 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 ਉਹ ਨਹੀਂ ਜ਼ਖਮੀ ਹੋਏ ਸਰ ਇਹ ਦੋਨੋਂ ਤੋਂ ਕੋਈ ਪਰਵਾਹ ਤੇ ਕਿਸੇ ਮੈਂਬਰ ਆਏ ਨਹੀਂ ਜੀ ਹਾਲੇ ਕੋਈ ਨਹੀਂ तीन बंदे कल की गड्डी चे सी दो मोटरसाइकिल ते जी तीन सीरियस है जी हॉस्पिटल लै गए उन्होंने दसा यार एक बंदे दी मौत हो चुकी है सही है ਸਾਨੂੰ ਨਹੀਂ ਪਤਾ ਹੁਣ ਉੱਥੇ ਜਾਵਾਂਗੇ ਪਤਾ ਲੱਗੇਗਾ ਜੀ ਦੱਸਣ ਮੁਤਾਬਕ ਨਹੀਂ ਸਾਨੂੰ ਕਹਿੰਦੇ ਕਿ ਹਸਪੀਟਲ ਲੈ ਗਏ ਆ।